हलका खडूर साहब दे अधीन पेंदे पिंड चुताला विखे विकास ना होण दे चलदे होए पिंड दे लोकां ने पिंड दे सरपंच अते पंजाब सरकार दे खिलाफ जम के नारेबाजी कीती अते मीडिया नूं जानकारी दिंदिआं कहा कि वोटां आउण ते किसे भी अकाली पार्टी ने लीडर नूं पिंड अंदर दाखल नहीं होण दित्ता जाएगा। पिंड दे लोकां दा साथ देण लई इस मौके आम आदमी पार्टी दे डाक्टर कश्मीर सिंह सोल पहुंचे। उन्हां दोष लगाया कि पिंड दे सरपंच वल्लों ना किसे नूं मनरेगा स्कीम ना आटा दाल स्कीम ना पेंशन अते ना ही अंगहीनां नूं कोई भी सहूलत दित्ती जा रही है। उन्हां कहा कि जो कुछ मिल रहा है वह सारा दा सारा पिंड दे सरपंच वल्लों ही खाधा जा रहा है। ਹਰਬਿੰਦਰ ਸਿੰਘ ਜੀ ਪਿੰਡ ਚਿਤਾਲਾ ਇਹ ਕਿਉਂ ਇੱਥੇ ਕੱਟ ਕੀਤਾ ਗਿਆ ਕੀ ਗੱਲ ਕੱਟ ਸਰ ਪੈਨਸਲਾਂ ਦੀ ਪਿਛਲੀ ਜਨਵਰੀ ਤੋਂ ਪਈਆਂ ਪਿਲਸ਼ਨਾਂ ਸਰਪੰਚ ਨੇ ਕੁਛ ਨਹੀਂ ਦਿੱਤਾ ਅਜੇ ਤੱਕ ਫਿਰ ਜਨਵਰੀ ਆਉਣ ਵਾਲੀ ਆ ਤੇ 10 ਦਿਨ ਹੋ ਗਏ ਤਰਾਹ ਤਰਾਹ ਕਰਨ ਡੇ ਲੋਕ ਸਿਆਣੇ ਆ ਬਜ਼ੁਰਗ ਆ ਤੇ ਮਿਲਿਆ ਕੁਖ ਨਹੀਂ ਹੁਣ ਵੀ ਲਾਰੇ ਲਾਉਣ ਡਿਆ ਫੌਜੀ ਸਾਹਿਬ ਆਏ ਆ ਇਹਨਾਂ ਨੇ ਕੀਤਾ ਕੁਝ ਤੇ ਤਾਂ ਕੱਟ ਹੋਇਆ ਹੈ ਤੇ ਇਹ ਤੇ ਕਿੰਨਾ ਕੁ ਪੈਸਾ ਆ ਚੁੱਕਾ ਸਰ ਪੈਸਾ ਜੀ 1 ਕਰੋੜ ਦੇ ਲਾਗੇ ਬੰਨੇ ਆ ਗਿਆ ਵਾ ਤੇ 10% ਪੇਟ ਚ ਲੱਗਾ 90% ਖਾ ਗਏ 90% ਹਾਂਜੀ ਕੋਈ ਲੈਟਰਿੰਗਾਂ ਦੇ ਕੋਈ ਪੈਸੇ ਲੈਟਰਿੰਗਾਂ ਦੇ ਟੋਏ ਪੁੱਟੇ ਆ ਜੀ 120 ਲੈਟਰਿੰਗਾਂ ਆਈਆਂ ਵਾ ਤੇ ਟੋਏ ਪੁੱਟੇ ਰਹਿ ਗਏ ਆ साल हो गया बाल साहब आए नए थे टोए पुटे रह गए वो कहें कोई अफसर नहीं सब कहते मिल गए सब खा गए नहीं जो कोई जवाब नहीं दिता फौजी साहब महीना हो गया इन्होंने कोई जवाब नहीं दिता कोई अफसर नहीं जवाब दिता सब खा गए अं मांग करते हैं जी बजुर्ग बजुर्गों को पिलसना देन जिन्या भी बनदियां जनवरी तक लैके दोबारा फिर जनवरी आने वाली है दोबारा मनरेगा के पैसे आ जी साल हो गया वा वह नहीं कहे नजायज लोगों मनरेगा के पैसे पैन डे ਜਿਹੜੇ ਕੰਮ ਵੀ ਨਹੀਂ ਕਰਦੇ ਉੱਥੇ ਜਾ ਕੇ ਉਹਨਾਂ ਦੇ ਪੈਸੇ ਪੈਣ ਡਿਆ ਜਿਹੜੇ ਬਿਲਕੁਲ ਉਹਨਾਂ ਜਾ ਕੇ ਇੱਕ ਕਈ ਨੂੰ ਟੱਕ ਵੀ ਨਹੀਂ ਰਾਇਆ ਏਜੰਡਾ ਆਊਗਾ ਜੀ ਮਨਰੇਗਾ ਦੇ ਪੈਸੇ ਆ ਸਾਡੇ ਵਿਕਾਸ ਦਾ ਇਹਨਾਂ ਨੇ ਮੰਗਿਆ ਕੁਛ ਨਹੀਂ ਆ ਇਹਨਾਂ ਨੂੰ 70 ਲੱਖ ਜਦੋਂ ਮਿਲਿਆ ਨਾ ਪਿੰਡ ਬਾਰੇ ਕੁਛ ਵੀ ਨਹੀਂ ਸੋਚਿਆ ਸਾਰੇ ਦਾ ਸਾਰਾ 90% ਪੈਸਾ ਖਾ ਲਿਆ ਨਾ 10% ਪੈਸਾ ਇਹਨਾਂ ਪਿੰਡ ਚ ਲਾਇਆ ਬਸ ਮੈਂ ਕਿ ਤੁਸੀਂ ਉਹਨਾਂ ਦਾ ਕੋਈ ਸਹਿਯੋਗ ਨਹੀਂ ਦੋਗੇ ਜੀ ਨਹੀਂ ਜੀ ਕੋਈ ਸਹਿਯੋਗ ਨਹੀਂ ਦਵਾਂਗੇ ਹਰਬਿੰਦਰ ਸਿੰਘ ਜੀ ਚਿਤਾਲਾ ਇਹ ਕਿਉਂ ਇੱਥੇ ਕੱਟ ਕੀਤਾ ਗਿਆ ਕੀ ਗੱਲ ਕੱਟ ਸਰ ਪੈਨਸਲਾਂ ਦੀ ਪਿਛਲੀ ਜਨਵਰੀ ਤੋਂ ਪਈਆਂ ਪਿਲਸ਼ਨਾਂ ਸਰਪੰਚ ਨੇ ਕੁਛ ਨਹੀਂ ਦਿੱਤਾ ਅਜੇ ਤੱਕ ਫਿਰ ਜਨਵਰੀ ਆਉਣ ਵਾਲੀ ਆ ਤੇ 10 ਦਿਨ ਹੋ ਗਏ ਤਰਾਹ ਤਰਾਹ ਕਰਨ ਡੇ ਲੋਕ ਸਿਆਣੇ ਆਏ ਬਜ਼ੁਰਗ ਆ ਤੇ ਮਿਲਿਆ ਕੁਖ ਨਹੀਂ ਹੁਣ ਵੀ ਲਾਰੇ ਲਾਉਣ ਡਿਆ ਫੌਜੀ ਸਾਹਿਬ ਆਏ ਆ ਇਹਨਾਂ ਨੇ ਕੀਤਾ ਕੁਝ ਤੇ ਤਾਂ ਕੱਟ ਹੋਇਆ ਹੈ ਤੇ ਇੱਥੇ ਕਿੰਨਾ ਕੁ ਪੈਸਾ ਆ ਚੁੱਕਾ ਸਰ ਪੈਸਾ ਜੀ 1 ਕਰੋੜ ਦੇ ਲਾਗੇ ਬੰਨੇ ਆ ਗਿਆ ਵਾ ਤੇ 10% ਪੇਟ ਚ ਲੱਗਾ 90% ਖਾ ਗਏ 90% ਹਾਂਜੀ ਕੋਈ ਲੈਟਰਿੰਗਾਂ ਦੇ ਕੋਈ ਪੈਸੇ ਲੈਟਰਿੰਗਾਂ ਦੇ ਟੋਏ ਪੁੱਟੇ ਆ ਜੀ 120 ਲੈਟਰਿੰਗਾਂ ਆਈਆਂ ਵਾ ਤੇ ਟੋਏ ਪੁੱਟੇ ਰਹਿ ਗਏ ਆ ਦੇ ਸਾਲ ਹੋ ਗਿਆ ਬਾਲ ਸਾਹਿਬ ਆਏ ਨੂੰ ਇੱਥੇ ਤੇ ਟੋਏ ਪੁੱਟੇ ਰਹਿ ਗਏ ਉਹ ਕਹਿੰਦੇ ਕੋਈ ਅਫਸਰ ਨਹੀਂ ਸਭ ਕਹਿੰਦੇ ਮਿਲ ਗਏ ਸਭ ਖਾ ਗਏ ਨਹੀਂ ਜੋ ਕੋਈ ਜਵਾਬ ਨਹੀਂ ਦਿੰਦਾ ਫੌਜੀ ਸਾਹਿਬ ਮਹੀਨਾ ਹੋ ਗਿਆ ਇਹਨਾਂ ਨੂੰ ਕੋਈ ਜਵਾਬ ਨਹੀਂ ਦਿੰਦਾ ਕੋਈ ਅਫਸਰ ਨਹੀਂ ਜਵਾਬ ਦਿੰਦਾ ਸਭ ਖਾ ਗਏ ਅਸੀਂ ਮੰਗ ਕਰਦੇ ਹਾਂ ਜੀ ਬਜ਼ੁਰਗ ਬਜ਼ੁਰਗਾਂ ਨੂੰ ਪਿਲਸ਼ਨਾਂ ਦੇਣ ਜਿੰਨੀਆਂ ਵੀ ਬੰਦੀਆਂ ਜਨਵਰੀ ਤੱਕ ਲੈ ਕੇ ਦੁਬਾਰਾ ਫਿਰ ਜਨਵਰੀ ਆਉਣ ਵਾਲੀ ਆ ਤੇ ਦੁਬਾਰਾ ਮਨਰੇਗਾ ਦੇ ਪੈਸੇ ਆ ਜੀ ਸਾਲ ਹੋ ਗਿਆ ਵਾ ਉਹ ਨਹੀਂ ਕਿਸੇ ਨਜਾਇਜ਼ ਲੋਕਾਂ ਨੂੰ ਮਨਰੇਗਾ ਦੇ ਪੈਸੇ ਪੈਣ ਡੇ ਆ ਜਿਹੜੇ ਕੰਮ ਵੀ ਨਹੀਂ ਕਰਦੇ ਉੱਥੇ ਜਾ ਕੇ ਉਹਨਾਂ ਦੇ ਪੈਸੇ ਪੈਣ ਡੇ ਆ ਜਿਹੜੇ ਬਿਲਕੁਲ ਉਹਨਾਂ ਜਾ ਕੇ ਇੱਕ ਕਈ ਨੂੰ ਟੱਕ ਵੀ ਨਹੀਂ ਰਾਇਆ ਏਜੰਡਾ ਆਊਗਾ ਜੀ ਮਨਰੇਗਾ ਦੇ ਪੈਸੇ ਆ ਸਾਡੇ ਵਿਕਾਸ ਦਾ ਇਹਨਾਂ ਨੇ ਮੰਗਿਆ ਕੁਛ ਨਹੀਂ ਆ ਇਹਨਾਂ ਨੂੰ 70 ਲੱਖ ਜਦੋਂ ਮਿਲਿਆ ਨਾ ਪਿੰਡ ਬਾਰੇ ਕੁਛ ਵੀ ਨਹੀਂ ਸੋਚਿਆ ਸਾਰੇ ਦਾ ਸਾਰਾ 90% ਪੈਸਾ ਖਾ ਲਿਆ ਨਾ 10% ਪੈਸਾ ਇਹਨਾਂ ਪਿੰਡ ਚ ਲਾਇਆ ਬਸ ਮਗਰ ਤੁਸੀਂ ਉਹਨਾਂ ਦਾ ਕੋਈ ਸਹਿਯੋਗ ਨਹੀਂ ਦੋਗੇ ਜੀ ਨਹੀਂ ਜੀ ਕੋਈ ਸਹਿਯੋਗ ਨਹੀਂ ਦਵਾਂਗੇ ਸੁਖਵਿੰਦਰ ਕੌਰ ਪਿੰਡ ਦੇ ਰਾ ਚਤਾਲਾ ਹੀ ਆ ਵੋਟ ਨਹੀਂ ਪਾਉਣੀ ਸਾਡਾ ਬਿਲਕੁਲ ਨਹੀਂ ਸੁਣੀ ਬਾਦਲ ਸਰਕਾਰ ਕਰੂ ਅਸੀਂ ਉਹਨੂੰ ਕੋਈ ਜਿਹੜਾ ਸਾਡਾ ਭਲਾ ਸੋਚੂ ਅਸੀਂ ਉਹਨੂੰ ਵੋਟ ਪਾਉਣੀ ਇਹਨੇ ਰਪਾੜ ਕੇ ਸਾਹਮਣੇ ਸੁੱਟਾਂਗੇ ਅਸੀਂ ਵੋਟ ਨਹੀਂ ਪਾਉਣੀ ਬਾਦਲ ਸਰਕਾਰ ਨੂੰ ਪਿੰਡ ਦੇ ਵਿੱਚ ਵੀ ਘਰ ਨਹੀਂ ਵੰਡ ਦੇਣਾ ਪਿੰਡ ਦੇ ਵਿੱਚ ਛੱਡ ਕੇ ਘਰ ਨਹੀਂ ਵੰਡ ਦੇਣੇ फिर अहीं काम कीता मेगा स्कीम ओ भी नहीं दे रहा मेगा स्कीम दा कौन नहीं दे रहा सरपंच आ सारे खा गया हाडे की मांग करदे तुसीं की हुंदा अहीं हुण मंगदे आ सानूं दवा दवांदा नहीं की कहंदा वा आ दिंदा पवाए बैंक च अहीं जाने ते मोड़े आ दे मोड़े उहने उत्थे कोई सोण नहीं दिंदा तुहानूं धोखा हो गया तुहाडे नाल आहो जी डॉक्टर कश्मीर सिंह सोल सूबा कमेटी मैंबर आम आदमी पार्टी इथे चिताले पिंड जाण के पता लगा कि सरकार जिहड़ी आ जो दमगजे मार रही आ कि असी लोकां नूं इह स्कीमां दे लाभ दे रहे आ ते आ विकास कर रहे आ ये एक जिहड़ा वा सिर्फ चैनलां दे उत्ते जां के मीडिया दे विच ही सिर्फ एडवरटाइजमेंट हो रही आ जदों पिंडां दे विच जाइए ते फिर पता लगदा वा कि इन्हां स्कीमां दा ते इन्हां इस विकास दा लोकां नूं की फायदा मिल रहा जदों इस पिंड दे लोकां ने दस्सिया कि उन्होंने जनवरी के महीने तो बाद बुढ़ापा पेंशन नहीं मिली मनरेगा का पैसा उन्होंने नहीं मिल रहा
ਲੈਟਰੀਨਾਂ ਜਿਹੜੀਆਂ ਇੱਥੇ ਪਿੰਡ ਦੇ ਵਿੱਚ ਸੈਂਕਸ਼ਨ ਹੋਈਆਂ ਉਹਨਾਂ ਦੇ ਜਿਹੜੇ ਆ ਟੋਏ ਪੁੱਟੇ ਰਹਿ ਗਏ। ਆਟਾ ਦਾਲ ਸਕੀਮ ਜਿਹੜੀ ਆ ਉਹਦਾ ਵੀ ਉਹਨਾਂ ਨੂੰ ਪਤਾ ਨਹੀਂ ਕਿਤੇ ਕਦੇ ਕਿਸੇ ਮਹੀਨੇ ਹੀ ਸ਼ਾਇਦ ਉਹਦਾ ਲਾਭ ਮਿਲਿਆ ਹੋਏਗਾ। ਸੋ ਇਸੇ ਤਰ੍ਹਾਂ ਹੋਰ ਵੀ ਸਕੀਮਾਂ ਦੀ ਇੱਥੇ ਜਦੋਂ ਪਿੰਡ ਦੇ ਵਿੱਚ ਆਏ ਆ ਤੇ ਸਾਨੂੰ ਫੂਕ ਨਿਕਲਦੀ ਜਿਹੜੀ ਆ ਉਹ ਨਜ਼ਰ ਆਈ ਆ। ਸੋ ਇਸ ਕਰਕੇ ਇਹ ਜਿਹੜਾ ਇਹਨਾਂ ਨੂੰ ਲਾਭ ਕਿਉਂ ਨਹੀਂ ਮਿਲਿਆ, ਕਿਹੜੇ ਲੈਵਲ ਦੇ ਉੱਤੇ ਜਿਹੜਾ ਵਾ ਇਹਨਾਂ ਲੋਕਾਂ ਦਾ ਜਿਹੜਾ ਲਾਭ ਹੈ ਉਹ ਨੱਪ ਕੇ ਰੱਖਿਆ ਗਿਆ, ਇਹਦੀ ਅਸੀਂ ਇਨਕੁਆਇਰੀ ਮੰਗਦੇ ਹਾਂ। ਕਿੱਥੇ ਜਿਹੜੀਆਂ ਇਹ ਲੋਕ ਘਪਲੇਬਾਜ਼ੀ ਹੋ ਰਹੀ ਆ ਇਹਦੀ ਅਸੀਂ ਇਨਕੁਆਇਰੀ ਮੰਗਦੇ ਹਾਂ। ਇਹਦੀ ਜਿਹੜੀ ਆ ਬਿਲਕੁਲ ਪੜਤਾਲ ਹੋਣੀ ਚਾਹੀਦੀ ਆ ਤੇ ਲੋਕਾਂ ਨੂੰ ਸਾਰੇ ਜਿਹੜੇ ਆ ਇਹ ਸਕੀਮਾਂ ਦੇ ਲਾਭ ਪਹੁੰਚਣੇ ਚਾਹੀਦੇ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਸੇਵਕ ਵੈਬ ਟੀਵੀ।